ਅਸਲਾਮ ਵਾਲੇਕੁਮ ਜੀ ਦੋਸਤੋ, ਕੀ ਹਾਲ ਚਾਲ? ਠੀਕ ਠਾਕ ਹੋ? ਅੱਜ ਅਸੀਂ ਗੱਲਾਂ ਮੰਡੀ ਦੇ ਅੰਦਰ ਮੌਜੂਦ ਹਾਂ। ਗੰਦਮ ਦੀ ਕੀ ਸੂਰਤ ਹਾਲ ਹੈ? ਐਸੇ ਤੁਸੀਂ ਬਾਖੂਬੀ ਇਲਮ ਆ ਕਿ ਅੱਜ ਮੰਡੀ ਦੇ ਅੰਦਰ ਜਾਂ ਇਹ ਤੋਂ ਪਿਛਲੇ ਤਿੰਨ ਚਾਰਾਂ ਦਿਨਾਂ ਦੇ ਅੰਦਰ ਮੰਡੀ ਦੇ ਅੰਦਰ ਗੰਦਮ ਕੀ ਕਿਹੜੀ ਸੂਰਤ ਹਾਲ ਹੈ, ਕੀ ਭਾਅ ਵੇਖਦੀ ਪਈ ਗੰਦਮ ਦੇ ਨਾਲ? ਅਤੇ ਤੁਹਾਡੇ ਦੋਸਤਾਂ ਮੈਂ ਅੱਜ ਸ਼ੇਅਰ ਕਰਦਾ ਵਾਂ। ਕਿਸਾਨ ਭਾਈ ਵਿਚਾਰੇ ਰੁਲ ਕੇ ਰਹਿ ਗਏ ਆ। 2000 ਨੂੰ ਪਾਣੀ ਅਤੇ 15000 ਨੂੰ DAP ਅਤੇ 5000 ਨੂੰ ਸੋਨਾ ਯੂਰੀਆ ਅਤੇ 9000 ਨੂੰ ਨੈਟਰੋ ਪਾ ਪਾ ਕੇ ਥੱਕ ਗਏ ਆ। ਜਦੋਂ ਕਿਸਾਨਾਂ ਦੀ ਵਾਰੀ ਆਈ ਹੈ ਪੈਸੇ ਵੱਟਣ ਦੀ, ਅਤੇ ਉਦੋਂ ਹਕੂਮਤ ਰੋਣ ਲੱਗ ਪਈ ਆ। 3900 ਦਾ ਐਲਾਨ ਕੀਤਾ ਵਾ ਅਤੇ ਮਾਸ਼ਾਅੱਲਾ ਉਹ ਵੀ ਨਹੀਂ ਖਰੀਦੀ ਪਈ। 3900 ਨੂੰ ਕਿਸਾਨ ਪਿੱਟ ਦੇ ਰਹੀ, ਅਸੀਂ 3900 ਨੂੰ ਨਹੀਂ ਗੰਦਮ ਵੇਚਣੀ ਹੈਗੀ, ਅਸੀਂ 5000 ਨੂੰ ਗੰਦਮ ਵੇਚਣੀ ਆ। ਬਾਕੀ ਗੰਦਮ ਦੀ ਕੀ ਸੂਰਤ ਹਾਲ ਆ? 3000 ਤੋਂ ਬਹੁਤ ਜਿਹੜੀ ਚੰਗੀ ਤੋਂ ਚੰਗੀ ਢੇਰੀ ਆ ਦੋਸਤੋ, ਉਹ 3000 ਨੂੰ ਜਾ ਰਹੀ, ਉਹ ਵੀ ਘਰਾਂ ਲੈ ਕੇ ਜਾ ਰਹੇ ਆ। ਬਾਕੀ ਮੰਡੀ ਦੇ ਅੰਦਰ ਕਿਸਾਨ ਭਾਈਆਂ ਦੇ ਕੋਲੋਂ ਇਹੀ ਗੰਦਮ ਵੇਖਦੀ ਪਈ ਆ। 2500, 600, 800 ਰੁਪਈਆ ਇਹ ਕਿਸਾਨ ਭਾਈ ਵੇਚ ਕੇ ਜਾਂਦੇ ਪਏ ਆ। ਬਾਕੀ ਦੋਸਤੋ, ਗੰਦਮ ਦਾ ਕੋਈ ਹਾਲ ਨਹੀਂ ਹੈਗਾ। ਅੱਗੇ ਤਿਲੀ ਦੀ ਫਸਲ ਸ਼ੁਰੂ ਹੋ ਜਾਣੀ ਆ, ਪਤਾ ਨਹੀਂ ਤਿਲੀ ਦਾ ਕੀ ਹਿਸਾਬ ਕਿਤਾਬ ਹੋਣਾ ਵਾ, ਤਿਲੀ ਕੀ ਰੇਟ ਖਰੀਦੀ ਜਾਊਗੀ। ਤਿਲੀ ਨੇ ਐਤਕੀ ਵਾਰ ਆਵਾਮ ਨੇ ਉਹ ਕੀਤੀ, ਖੀਰ ਤਿਲੀ ਬੀਜ ਕੇ ਖੀਰ ਕੀਤੀ ਪਈ ਆ। ਜਿੱਦਾਂ ਗੰਦਮ ਵਾਰੀ ਕੀਤੀ ਸੀ ਨਾ, ਇਹਨਾਂ ਨੇ ਖੀਰ ਕੱਟਤੀ ਸੀਗੀ। 5000 ਪਿਛਲੀ ਵਾਰ ਰੇਟ ਸੁਣ ਕੇ, ਅਤੇ ਗੰਦਮ ਹੀ ਗੰਦਮ ਕੱਟਤੀ ਸੀ। ਤਿਲੀ ਦਾ ਰੇਟ 20000 ਸੁਣ ਕੇ ਤਿਆਰੀ ਵਾਰ, ਤਿਲੀ ਦਾ ਰੇਟ ਵੀ ਤਿਲੀ ਵੀ ਉਹੀ ਹਿਸਾਬ ਕੱਟਤੀ, ਤਿਲੀ ਹੋਈ ਪਈ ਆ 4 ਰੁਪਏ। ਅਤੇ ਬਾਕੀ ਹੁਣ ਦੇਖਦੇ ਹਾਂ ਤਿਲੀ ਨਾਲ ਕੀ ਬਣਦੀ ਆ। ਇਹਦੇ ਅੰਦਰ ਤੁਹਾਡੀ ਕੀ ਰਾਏ ਆ, ਥੋੜ੍ਹੀ ਕਮੈਂਟ ਬੁੱਕਸ ਦੇ ਅੰਦਰ ਲਾਜ਼ਮੀ ਦੱਸੋ। ਇਨਸ਼ਾਅੱਲਾ ਕਿ ਨਵੀਂ ਵੀਡੀਓ ਦੇ ਨਾਲ ਆਪਾਂ ਦੁਬਾਰਾ ਮਿਲਾਂਗੇ। ਅੱਲਾ ਹਾਫਿਜ਼।